ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਹੌਟ ਟੌਪਿਕ ਹੈ ਆਇਲਸ ਨੋਟ ਮੈਂਡੇਟਰੀ। ਲੱਖਾਂ ਲੋਕ ਭੂਤ ਸਮਝਦੇ ਹੈ, ਖਾਸ ਕਰ ਪੰਜਾਬੀ। ਉਹ ਤਾਂ ਇਹਨੂੰ ਗੋਸਟ ਫੈਕਲਟੀ ਸਮਝਦਾ ਹੈਗਾ ਵੀ ਆਇਲਸ ਦੀ ਲੋੜ ਨਾ ਪਏ। ਪਰ ਮੈਂ ਅੰਗਰੇਜ਼ੀ ਕੰਟਰੀ 'ਚ ਪਹੁੰਚ ਜਾ, ਅੰਗਰੇਜ਼ ਬਣ ਜਾ, ਵਾਲ ਸਿੱਧੇ ਖੜੇ ਜਿਵੇਂ ਕਿ ਅੰਗਰੇਜ਼ਾਂ ਦੇ ਹੁੰਦੇ ਆ, ਤੇ ਉੱਤੇ ਡਾਈ ਲਾਈ ਹੋਈ ਬਰਾਊਨ ਕਲਰ ਦੀ, ਕਲਰ ਮੇਡ ਦੀ। ਲਿਵ ਯੂਅਰ ਡ੍ਰੀਮਸ, ਇਮੀਗ੍ਰੇਟ ਟੂ ਕੈਨੇਡਾ। ਦੋਸਤੋ, ਅੱਜ ਮੈਂ ਦੱਸਣ ਚੱਲੇ ਹਾਂ ਟੂ ਗੈਟ ਪਰਮਾਨੈਂਟ ਰੈਜੀਡੈਂਸੀ ਐਟ ਕੈਨੇਡਾ ਅੰਡਰ ਸੈਲਫ ਇੰਪਲਾਇਮੈਂਟ ਕੈਟੇਗਰੀ। ਇਫ ਯੂ ਹੈਵ ਵਰਕਿੰਗ ਐਕਸਪੀਰੀਅੰਸ ਇਨ ਐਨੀ ਆਫ ਫੋਲੋਇੰਗ ਕੈਟੇਗਰੀ, ਤਾਂ 5 ਕੁ ਸਾਲ ਦਾ ਅਗਰ ਤੁਹਾਨੂੰ ਤਜਰਬਾ ਹੈਗਾ, ਚਾਹੇ ਤੁਸੀਂ +2 ਹੋ, ਲਾਇਬ੍ਰੇਰੀਅਨ, ਆਥਰਸ ਐਂਡ ਰਾਈਟਰ ਜਿਹੜੇ ਕਿ ਲੇਖਕ ਹੈ ਅਤੇ ਕਿਤਾਬਾਂ ਲਿਖਣ ਵਾਲੇ ਹੈ, ਐਡੀਟਰ ਹੈ, ਜਰਨਲਿਸਟ ਹੈ, ਪੱਤਰਕਾਰ ਹੈ, ਪ੍ਰੋਡਿਊਸਰ ਹੈ, ਡਾਇਰੈਕਟਰ ਹੈ, ਕੋਰੀਓਗ੍ਰਾਫਰ ਹੈ ਫਿਲਮਾਂ ਦੇ, ਮਜੀਸ਼ੀਅਨ ਹੈ, ਸਿੰਗਰਸ ਹੈ, ਡਾਂਸਰਸ ਹੈ, ਐਕਟਰਸ ਹੈ, ਕਮੇਡੀਅਨਸ ਹੈ, ਫੋਟੋਗ੍ਰਾਫਰਸ ਹੈ, ਫਿਲਮ ਅਤੇ ਵੀਡੀਓ ਕੈਮਰਾ ਓਪਰੇਟਰਸ ਹੈ, ਗ੍ਰਾਫਿਕ ਟੈਕਨੀਸ਼ੀਅਨਸ ਹੈ, ਆਡੀਓ ਐਂਡ ਵੀਡੀਓ ਰਿਕਾਰਡਿੰਗ ਟੈਕਨੀਸ਼ੀਅਨਸ ਹੈ, ਅਨਾਊਂਸਰਸ ਹੈ, ਰੇਡੀਓ DJ, TV ਹੋਸਟ, ਐਂਕਰ, ਆਰਟਿਸਟ ਹੈ, ਗ੍ਰਾਫਿਕ ਡਿਜ਼ਾਈਨਰ ਹੈ, ਇੰਟੀਰੀਅਰ ਡਿਜ਼ਾਈਨਰ ਹੈ, ਇੰਟੀਰੀਅਰ ਡੈਕੋਰੇਟਰ ਹੈ, ਫੈਸ਼ਨ ਡਿਜ਼ਾਈਨਰ ਹੈ, ਪੈਟਰਨ ਮੇਕਰਸ ਹੈ, ਗੋਲਡ ਸਮਿਥ ਹੈ, ਸੁਨਿਆਰੇ, ਸਿਲਵਰ ਸਮਿਥ ਚਾਂਦੀ ਦੇ ਜਿਹੜੇ ਹੁੰਦੇ ਆ ਸੁਨਿਆਰੇ, ਕਰਾਫਟ ਪਰਸਨਸ ਹੈ, ਐਥਲੈਟਿਕਸ ਹੈ, ਕੋਚਸ ਹੈ, ਸਪੋਰਟਸ ਓਫੀਸ਼ੀਅਲਸ ਹੈ ਅਤੇ ਰੈਫਰੀਜ਼ ਹੈ ਅਤੇ ਇੰਸਟਰਕਸ਼ਨ ਇਨ ਸਪੋਰਟਸ ਐਂਡ ਰੀਕ੍ਰੀਏਸ਼ਨ। ਇਹ ਲੋਕ ਜਿਹੜੇ ਹੈਗੇ ਉਹ ICCRC ਦੇ ਸਰਟੀਫਾਈਡ, ICCRC CRCIC ਕੈਨੇਡਾ ਦੀ ਜਿਹੜੀ ਰੈਗੂਲੇਟਰੀ ਬੋਡੀ ਤੋਂ ਰਜਿਸਟਰਡ ਮੈਂਬਰ ਜਿਹੜੇ ਹੈਗੇ ਉਹਨਾਂ ਨੂੰ ਨੈੱਟ ਤੋਂ ਲੱਭਣ, ਜੋ ਕਿ ਕਮਿਸ਼ਨਰ ਆਫ ਓਸ ਕੋਈ ਓਨਟੇਰੀਓ ਦਾ, ਕੋਈ ਅਲੱਗ ਅਲੱਗ ਪ੍ਰੋਵੀਜ਼ਨਸ ਦੇ ਹੈਗੇ, ਤਾਂ ਇਹਨਾਂ ਨੂੰ ਕੰਟੈਕਟ ਕਰੋ ਅਤੇ ਤੁਸੀਂ ਬਗੈਰ ਆਇਲਸ ਵੀ ਜਾ ਸਕਦੇ ਹੋ। ਔਰ ਦੋਸਤੋ, ਇਹਦੇ ਵਿੱਚ ਤੁਹਾਡੀ ਉਮਰ ਜਿਹੜੀ ਹੈ 21 ਤੋਂ 49 ਸਾਲ, 21 ਤੋਂ 49 ਸਾਲ ਹੋਵੇਗੀ, ਤੁਹਾਡੀ ਪੇਪਰ ਫਾਈਲ ਲੱਗੇਗੀ। ਇਹ ਜਿਹੜੀ ਹੈਗੀ ਇੱਕ ਤਰ੍ਹਾਂ ਦੀ ਫੈਡਰਲ ਪ੍ਰੋਗਰਾਮ ਹੈ, ਇਹ ਪੇਪਰ ਫਾਈਲ ਲੱਗੀ ਇੱਕ ਤਰ੍ਹਾਂ ਦੀ ਫੈਡਰਲ ਪ੍ਰੋਗਰਾਮ ਹੈ ਕੈਨੇਡਾ ਵਾਸਤੇ। ਤਾਂ ਦੋਸਤੋ, ਇਸ ਦੇ ਵਿੱਚ ਤੁਹਾਡਾ ਰਿਜ਼ਲਟ ਜਿਹੜਾ ਹੈਗਾ ਲਗਭਗ 8 ਤੋਂ 12 ਮਹੀਨੇ 'ਚ ਆ ਜਾਏਗਾ, ਅਤੇ 8 ਤੋਂ 12 ਮਹੀਨੇ ਦੇ ਵਿੱਚ ਅਗਰ ਤੁਹਾਡਾ ਨੰਬਰ ਨਹੀਂ ਲੱਗਦਾ ਤਾਂ ਨੈਚੁਰਲੀ ਜਿਹੜੇ ICCRC ਦੇ ਜਿਹੜੇ ਕੰਸਰਨ ਕਨੈਕਟਿਡ ਹੁੰਦੇ ਹੈ ਲਾਇਰ, ਉਹ ਤੁਹਾਨੂੰ ਰਿਫੰਡ ਕਰ ਦਿੰਦੇ ਹੈਗੇ। ਤਾਂ ਇਹ ਮੈਂ ਆਪਣੀ ਰਿਸਰਚ ਕੀਤੀ ਆ ਆਪਣੇ ਲੈਵਲ 'ਤੇ, ਅਤੇ ਉਹ ਮੈਨੂੰ ਚੰਗਾ ਲੱਗਿਆ। ਮੈਂ ਇੱਕ ਬਹੁਤ ਹੀ ਮਸ਼ਹੂਰ ਜਿਹੜੇ ਹੈਗੇ ਵਕੀਲ, ਅਤੇ ਉਹਨਾਂ ਨਾਲ ਵੀ ਸਲਾਹ ਕੀਤੀ ਕਿ ਸੱਚ ਹੈ। ਫਿਰ ਇਹਦੀ ਮੈਂ ਡੈਸਕਟੌਪ ਰਿਸਰਚ ਵੀ ਕੀਤੀ, ਅਤੇ ਮੈਂਬਰ ਜਿਹੜੇ ICCRC ਦੇ ਹੈ, ਅਤੇ ਇਸ ਨੂੰ ਸੱਚ ਪਾਇਆ। ਅਤੇ ਇਹਦੇ ਵਿੱਚ ਮਿਨੀਮਮ ਕੁਆਲੀਫਿਕੇਸ਼ਨ +2 ਹੈ, 5 ਸਾਲ ਦਾ ਐਕਸਪੀਰੀਅੰਸ ਹੈ, ਉਮਰ 21 ਤੋਂ 49 ਹੈ। ਅਤੇ ਜਿਹੜਾ ਬੱਚਾ ਆਇਲਸ ਦੇ 5 ਬੈਂਡ ਵੀ ਲੈ ਗਿਆ, 4 ਵੀ ਲੈ ਗਿਆ, ਜਾਂ ਨਹੀਂ ਵੀ ਕੀਤੀ, ਉਹ ਵੀ ਜਾ ਸਕਦਾ। ਅਤੇ ਚਾਂਸ ਫੈਕਟਰ ਜਿਹੜਾ ਹੈਗਾ ਫਾਈਲ ਚੁੱਕਣ ਦਾ ਹੋਰ ਵੀ ਵੱਧ ਜਾਂਦਾ ਅਗਰ ਤੁਹਾਡੀ ਗ੍ਰੈਜੂਏਸ਼ਨ ਦੀ ਡਿਗਰੀ ਹੈਗੀ। ਤਾਂ ਵੈਸੇ ਤਾਂ +2 ਵੀ ਚੱਲੇਗਾ, ਪਰ ਅਗਰ ਤੁਸੀਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਇਸ ਫੀਲਡ ਦੇ ਵਿੱਚ, ਤਾਂ ਤੁਹਾਡਾ ਹੋਰ ਵੀ ਮਾਣ ਵੱਧਦਾ ਹੈਗਾ। ਤਾਂ ਮੇਨ ਫੋਕਸ ਤੁਹਾਡੀ ਐਕਸਪੀਰੀਅੰਸ 'ਤੇ ਹੀ ਲੱਗਦਾ, ਚਾਹੇ ਕੁਆਲੀਫਿਕੇਸ਼ਨ ਤੁਹਾਡੀ +2 ਹੋਵੇ। ਤਾਂ ਦੋਸਤੋ, ਬਹੁਤ ਹੀ ਸੋਹਣਾ ਮੌਕਾ ਹੈ ਤੁਹਾਡੇ ਵਿੱਚ ਕੈਨੇਡਾ ਦਾ PR ਲੈਣ ਦਾ, ਔਰ ਉਹ ਵੀ ਵਿਦਆਊਟ ਆਇਲਸ। ਅਤੇ ਦੋਸਤੋ, ਦੂਸਰੀ ਚੀਜ਼ ਮੈਂ ਦੱਸਣ ਚੱਲਿਆ ਕਿ ਜਿਹੜੇ ਬੱਚੇ ਨੇ PR ਇੱਥੋਂ ਹੀ ਕਰਕੇ ਜਾਣੀ ਹੈ, ਚਾਹੇ ਉਹ BMS ਹੈ, ਚਾਹੇ ਉਹ BA ਹੈ, ਚਾਹੇ ਉਹ BCOM ਹੈ, ਚਾਹੇ ਉਹ MBA, ਕੋਸ਼ਿਸ਼ ਕਰੇ ਕਿ ਉਹ ਆਪਣੀ ਗ੍ਰੈਜੂਏਸ਼ਨ ਇੱਥੋਂ ਕਰੇ, ਅਤੇ ਫਿਰ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਦਾ ਡਿਪਲੋਮਾ ਲਏ, ਜਾਂ ਉਹ ਦੂਸਰਾ ਜਿਹੜਾ MSc ਕਰ ਲਏ, ਚਾਹੇ ਉਹ ਬੱਚਾ ਜਿਹੜਾ ਹੈਗਾ BCOM ਹੈ ਅਤੇ ਬਾਅਦ ਵਿੱਚ ਉਹ MBA ਹੋਸਪਿਟਲ ਐਡਮਿਸ਼ਨ ਕਰੇ, ਚਾਹੇ ਪਹਿਲੀ ਅਤੇ ਦੂਜੀ ਲਾਈਨ ਦਾ ਕੋਈ ਆਪਸ ਸੰਬੰਧ ਨਾ ਹੋਵੇ ਐਕਸਪ੍ਰੈਸ ਐਂਟਰੀ ਵਿੱਚ, ਤਾਂ ਉਸ ਨੂੰ ਘੱਟ ਤੋਂ ਘੱਟ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈਗਾ। 3 ਸਾਲ ਦਾ ਐਕਸਪੀਰੀਅੰਸ ਅਤੇ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਚੰਗੇ ਮਾਰਕਸ ਮਿਲਣਗੇ। ਅਤੇ 21 ਤੋਂ ਅਗਰ ਉਹ 33-34 ਸਾਲ ਦਾ, ਤਾਂ ਉਹਦਾ ਚਾਂਸ ਫੈਕਟਰ ਬੜਾ ਵਧੀਆ। ਪਰ ਇੱਥੇ ਇੱਕ ਔਕੜ ਹੈ ਕਿ ਉਸ ਨੂੰ 8777 ਲੈਣੇ ਪੈਣੇ ਹੈ। ਕਿੰਨੇ? 8777 ਲੈਣੇ ਪੈਣੇ ਹੈ ਅਗਰ ਉਹ ਬੱਚਾ ਜੋ ਕਿ ਆਇਲਸ ਕਲੀਅਰ ਕਰਕੇ ਜਾ ਕੇ ਇੱਥੋਂ ਹੀ PR ਜਾਣਾ ਚਾਹੁੰਦਾ ਹੈਗਾ। ਅਤੇ ਜਿਵੇਂ ਨਰਸਾਂ ਹੈ, BSc ਨਰਸਿੰਗ ਹੈ,
ਜੀਐਨਐਮ ਤਾਂ ਭੁੱਲ ਹੀ ਜਾਣ, ਬੀਐਸਸੀ ਨਰਸਿੰਗ ਤੋਂ ਬਾਅਦ ਐਮਐਸਸੀ ਨਰਸਿੰਗ ਕੀਤੀ ਹੋਈ ਹੈ ਜਾਂ ਬੀਐਸਸੀ ਨਰਸਿੰਗ ਤੋਂ ਬਾਅਦ 1 ਸਾਲ ਦਾ ਕੋਈ ਵੀ ਡਿਪਲੋਮਾ ਕੀਤਾ, ਚਾਹੇ ਉਹ ਇਰਰੈਲੀਵੈਂਟ ਹੈ। ਇੱਕ ਬੀਐਸਸੀ ਨਰਸ ਜਿਹੜੀ ਹੈਗੀ, ਅਗਰ 1 ਸਾਲ ਦਾ ਪੀਜੀ ਡਿਪਲੋਮਾ ਇਨ ਹੋਸਪਿਟਲ ਐਡਮਿਨਿਸਟ੍ਰੇਸ਼ਨ ਕਰ ਲਏ, ਪੀਜੀ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਕਰ ਲਏ, ਉਹਦੇ ਪੁਆਇੰਟ ਮਿਲ ਜਾਣਗੇ, ਕਿਉਂਕਿ ਵੈਸ ਦੇ ਮੁਤਾਬਕ ਉਹਦੀ ਜਿਹੜੀ ਹੈਗੀ ਉਹਦੀ ਕੈਨੇਡੀਅਨ ਇਕੁਲੈਂਸੀ ਦੇ ਪੁਆਇੰਟ ਬਣਦੇ ਆ। ਪਰ ਜੀਐਨਐਮ ਦਾ ਸਾਫ ਹੀ ਡਬਲਯੂਐਸ ਨੇ ਕਹਿਤਾ ਕਿ ਹੋਸਪਿਟਲ ਸਟੱਡੀ ਹੈ ਤਾਂ ਉਹਦਾ ਕੋਈ ਪੁਆਇੰਟ ਨਹੀਂ ਮਿਲਦਾ, ਉਹਦਾ ਕੋਈ ਪੁਆਇੰਟ ਨਹੀਂ ਮਿਲਦਾ। ਸਿੱਕਮ ਮਨੀਪਾਲ ਯੂਨੀਵਰਸਿਟੀ ਵੈਸ ਦੇ ਵਿੱਚ ਟੋਟਲ ਫੇਲ ਹੋ ਗਈ ਸੀ, ਚਾਹੇ ਉਹ ਰਿਕੋਗਨਾਈਜ਼ ਸੀ। ਲੇਟਰ ਔਨ ਆਈਕਾਸ ਨੇ ਉਸਨੂੰ ਕਰਨਾ ਸ਼ੁਰੂ ਕੀਤਾ ਅਤੇ ਪਿਛਲੇ 5-6 ਮਹੀਨੇ 'ਚ ਆਈਕਾਸ ਵੀ ਹੱਥ ਜੋੜ ਗਈ ਹੈ। ਤਾਂ ਦੋਸਤੋ ਫੌਰਨ ਕਰਨਾ ਤੁਸੀਂ ਜੋ ਕਰਨਾ, ਕਿਉਂਕਿ ਜਿਹੜੀਆਂ ਵੀ ਵੈਲੂਏਸ਼ਨ ਏਜੰਸੀਆਂ 6 ਦੀ 6 ਆਪਣਾ ਮੂਡ ਬਦਲਦੀਆਂ ਰਹਿੰਦੀਆਂ ਹੈਗੀਆਂ। ਤਾਂ ਜਿਹੜੇ ਬੱਚੇ ਕਹਿੰਦੇ ਆ ਕਿ ਅਸੀਂ ਜੀਐਨਐਮ ਕਰਾਂਗੇ ਜੀ, ਅਸੀਂ ਬਾਹਰ ਜਾਵਾਂਗੇ ਜੀ, ਅਸੀਂ ਬੀਐਸਸੀ ਨਰਸਿੰਗ ਕਰਾਂਗੇ, ਦੋਸਤੋ ਅਗਰ ਤੁਸੀਂ ਇੰਡੀਆ ਤੋਂ ਹੀ ਪੀਆਰ ਹੋ ਕੇ ਜਾਣਾ ਅਤੇ ਤੁਹਾਡੇ ਸਾਹ ਫੁੱਲ ਰਿਹਾ, ਤਾਂ ਜਾਂ ਤਾਂ ਤੁਸੀਂ 8777 ਲਓ, 3 ਸਾਲ ਦਾ ਐਕਸਪੀਰੀਅੰਸ ਲਓ ਪ੍ਰੋਪਰ, ਜਿਹੜਾ ਅਕਾਊਂਟ 'ਚ ਹੋਵੇ, ਫੇਕ ਨਾ ਹੋਵੇ, ਜਿਹਦੀ ਇਨਕੁਆਇਰੀ ਹੋ ਸਕਦੀ ਹੋਵੇ, ਪੀਐਫ ਕੱਟਦਾ ਹੋਵੇ, ਈਐਸਆਈ ਕੱਟਦੀ ਹੋਵੇ, ਤਾਂ ਦੋਸਤੋ ਤੁਹਾਡਾ ਕੁਝ ਬਣ ਸਕਦਾ। ਅਪਾਇੰਟਮੈਂਟ ਲੈਟਰ ਹੋਵੇ, ਨੇਚਰ ਆਫ ਡਿਊਟੀਜ਼ ਹੋਣ, ਅਟੈਂਡੈਂਸ ਰਜਿਸਟਰ ਨਾਲ ਹੋਵੇ, ਸੈਲਰੀ ਸਲਿਪਸ ਹੋਣ, ਅਤੇ ਨੇਚਰ ਆਫ ਡਿਊਟੀ ਤੋਂ ਇਲਾਵਾ ਕੰਸੋਲੀਡੇਟਡ ਸੈਲਰੀ ਸਰਟੀਫਿਕੇਟ ਹੋਵੇ, ਡਿਡਕਸ਼ਨ ਹੁੰਦੀਆਂ ਹੋਣ, ਘਟਦੀ ਵੱਧਦੀ ਹੋਵੇ, ਇਨਕਰੀਮੈਂਟ ਲੈਟਰ ਹੋਵੇ, ਤਾਂ ਜਾ ਕੇ ਪੂਰਾ ਪੈਂਦਾ। ਫਿਰ ਉਸ ਤੋਂ ਬਾਅਦ ਬੈਂਕ ਦੀ ਸਟੇਟਮੈਂਟਾਂ ਵੀ ਲੱਗਣੀਆਂ, ਪਲੱਸ ਤੁਹਾਡੇ ਅਕਾਊਂਟ 'ਚ ਪੈਸੇ ਬਿਲਕੁਲ ਉਵੇਂ ਹੀ ਦਿਖਾਏ ਜਾਣਗੇ ਜਿਸ ਤਰ੍ਹਾਂ ਕਿ ਤੁਸੀਂ ਕਾਫੀ ਸੋਲਿਡ ਹੈਗੇ। ਤਾਂ ਦੋਸਤੋ ਇਹ ਗੱਲ ਯਾਦ ਰੱਖਣੀ ਹੈ, ਜਿਵੇਂ ਪੀਆਰ ਫਾਈਲ ਦੇ ਵਿੱਚ ਪੁਲਿਸ ਵੈਰੀਫਿਕੇਸ਼ਨ, ਬੱਚਿਆਂ ਦੇ, ਆਪਣੇ ਹਸਬੈਂਡ ਦੇ, ਹੋਰ ਵੀ ਡਾਕੂਮੈਂਟ ਲਾਣੇ ਹੁੰਦੇ ਹੈ, ਇਸ ਤਰ੍ਹਾਂ ਹੀ ਆਪਾਂ ਨੇ ਇਹ ਚੀਜ਼ ਜਿਹੜੀ ਹੈਗੀ ਜਿਹੜੀ ਉਹ ਤੁਹਾਨੂੰ ਦੱਸੀ ਹੈਗੀ। ਤਾਂ ਦੋਸਤੋ ਅਗਰ ਤੁਹਾਨੂੰ 8777 ਖਾਸ ਕਰ ਬੀਐਸਸੀ ਨਰਸਿੰਗ ਵਾਲਿਆਂ ਨੂੰ ਲੈਣੇ ਔਖੇ ਲੱਗਦੇ ਹੈ ਤੇ ਪੀਆਰ ਨਹੀਂ ਹੋ ਰਹੀ ਤੇ ਜਾਂ ਕੁਇਟ ਹੋ ਗਈ ਹੈ ਜਾਂ ਫਾਈਲ ਨੰਬਰ ਆਇਆ ਹੀ ਨਹੀਂ, ਤਾਂ ਕੋਸ਼ਿਸ਼ ਕਰੋ ਕੇਅਰ ਗਿਵਰੀ ਕਰੋ, ਜਿਹਦੇ 'ਚ 5E ਚਾਹੀਦੇ ਹੈਗੇ। ਨੈਣੀ ਦਾ 6 ਮਹੀਨੇ ਦਾ ਕੋਰਸ ਤਾਂ ਨਰਸ ਨੂੰ ਕਰਨਾ ਪੈਣਾ ਨਵੇਂ ਰੂਲਸ ਦੇ ਮੁਤਾਬਕ। ਅਗਰ ਨੈਣੀ ਦਾ ਕੋਰਸ ਉਹ 31 ਦਸੰਬਰ ਤੋਂ ਪਹਿਲਾਂ ਨਰਸ ਨਹੀਂ ਕਰਦੀ ਤਾਂ ਚਾਂਸਿਸ ਬੜੇ ਘੱਟ ਜਾਣੇ ਹੈ। 31 ਦਸੰਬਰ 2019 ਤੋਂ ਪਹਿਲਾਂ ਕਰ ਲਓ, ਜਿੰਨੀਆਂ ਜੀਐਨਐਮ, ਏਐਨਐਮ, ਬੀਐਸਸੀ ਨਰਸਿੰਗ, ਐਮਐਸਸੀ ਨਰਸਿੰਗ, ਬੀਐਚਐਮਐਸ, ਬੀਡੀਐਸ, ਬੀਪੀਟੀ ਅਤੇ ਦੂਜੇ ਬੀਐਸਸੀ ਐਮਐਲਟੀ, ਉਹ ਸੋਚਦੇ ਸਾਨੂੰ ਕੋਰਸ ਕਰਨ ਦੀ ਲੋੜ ਨਹੀਂ ਹੈ, ਉਹਨਾਂ ਨੂੰ ਐਡਵਾਂਟੇਜ ਬੜੀ ਮਿਲੇਗੀ। ਲੇਟਰ ਔਨ 2020 'ਚ ਜਿੰਨਾ ਸੁਣਨ 'ਚ ਆਇਆ ਕਿ ਖਾਸ ਕਰ ਇਹ ਨਰਸਾਂ, ਇਹ ਜਿਹੜੇ DMLT ਵਾਲੇ ਹੈ, BHM, BDS ਵਾਸਤੇ IELTS ਦਾ ਸਕੋਰ ਕਿਤੇ 8777 ਹੋ ਗਿਆ, ਤਾਂ ਕੇਅਰ ਗਿਵਰ ਜਿਹੜਾ ਹੈਗਾ ਉਹ ਵੀ ਤੁਹਾਡੇ ਅੰਗੂਰ ਖੱਟੇ ਹੋ ਜਾਣਗੇ, ਕਿਉਂਕਿ ਉਹ ਪੋਸਟ ਸੈਕੰਡਰੀ ਐਜੂਕੇਸ਼ਨ ਨੂੰ ਤਾਂ ਮਹੱਤਤਾ ਦੇ ਰਿਹਾ ਚਾਈਲਡ ਕੇਅਰ ਵਾਸਤੇ, ਤਾਂ ਤੁਸੀਂ ਵੀ ਸਿਰ ਕੱਢ ਕੰਪੀਟੀਸ਼ਨ ਦਿਓ ਅਤੇ ਆਪਣਾ ਭਵਿੱਖ ਸੁਖੱਲਾ ਕਰੋ, ਕੁਆਲਿਟੀ ਦਿਓ, ਪਰ ਅਵੇਅਰਨੈਸ ਦੂਜੇ ਬੱਚਿਆਂ ਵਿੱਚ ਪ੍ਰੋਪਰ ਦਿਓ, ਨਾ ਕਿ ਤੀਰ ਤੁੱਕਾ। ਦੂਸਰਾ, ਅੱਜ ਕੱਲ੍ਹ ਫਰੋਡੀਏ ਕੀ ਕਰ ਰਹੇ ਹੈਗੇ, 6 ਮਹੀਨੇ ਤੋਂ ਘੱਟ ਦਾ ਵੀਜ਼ਾ ਲਾ ਰਹੇ ਹੈ ਜੀ, ਟੈਂਪਰੇਰੀ ਫੋਰਨ ਵਰਕਰ TFW ਲਾ ਰਹੇ ਹੈ ਜੀ, 20,000 ਰੁਪਇਆ ਦੇ ਦਿਓ, ਆਪਣੇ ਸਰਟੀਫਿਕੇਟ ਦੇ ਦਿਓ, ਤੁਹਾਨੂੰ IELTS ਕਰਨਾ ਹੀ ਨਹੀਂ ਪੈਣਾ, ਕਿਉਂਕਿ 5 ਮਹੀਨੇ ਦੇ ਕੋਰਸ ਵਾਸਤੇ, 6 ਮਹੀਨੇ ਤੋਂ ਘੱਟ ਕੋਰਸ ਵਾਸਤੇ IELTS ਨਹੀਂ ਮੈਂਡੇਟਰੀ ਹੁੰਦਾ, ਅਸੀਂ ਤੁਹਾਨੂੰ ਉੱਥੇ ਲੈ ਜਾਵਾਂਗੇ। ਉਸ ਤੋਂ ਬਾਅਦ 3.5 ਲੱਖ ਦੀ ਗਰੰਟੀ ਦੇ ਦਿਓ ਜੀ, ਅਤੇ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ ਅਸੀਂ 3.5 ਲੱਖ ਜ਼ਬਤ ਕਰ ਲੈਣਾ, ਨਹੀਂ ਤਾਂ ਅਸੀਂ ਰਿਫੰਡ ਕਰ ਦਾਂਗੇ, 20,000 ਤੁਹਾਡਾ ਗਿਆ। ਤਾਂ ਦੋਸਤੋ ਇਹੋ ਜਿਹਾ ਕਿਸੇ ਪ੍ਰੋਗਰਾਮ ਦੇ ਵਿੱਚ ਨਾ ਜਾਓ, ਕਿਉਂਕਿ ਇਹ ਪ੍ਰੋਗਰਾਮ ਆਪਣੇ ਆਪ 'ਚ ਕੁਛ ਨਹੀਂ, ਛੋਟੀ ਏਜ ਦੇ ਵਿੱਚ ਕੰਟਰੀ ਨੇ ਵੜਨ ਹੀ ਨਹੀਂ ਦੇਣਾ ਕੈਨੇਡਾ ਨੇ ਤੁਹਾਨੂੰ, ਉਹਨਾਂ ਨੂੰ ਸਾਫ਼ ਲੱਗਦਾ ਕਿ ਤੁਸੀਂ ਘੁੰਮਣ ਫਿਰਨ ਨਹੀਂ ਆਏ, ਛੋਟਾ ਕੋਰਸ ਪੜ੍ਹਨ ਨਹੀਂ ਆਏ, IELTS ਵੀ ਤੁਹਾਡੀ ਕਲੀਅਰ ਨਹੀਂ ਹੈ, ਉਹਨਾਂ ਨੂੰ ਪਤਾ ਲੱਗ ਜਾਣਾ ਤੁਹਾਡੀ ਡੇਟ ਆਫ ਬਰਥ ਤੋਂ, ਆਧਾਰ ਕਾਰਡ ਤੋਂ, ਪਾਸਪੋਰਟ ਤੋਂ, ਅਤੇ ਇਲ ਕੁੱਕੜ ਨਹੀਂ ਆਉਂਦਾ ਤੁਹਾਨੂੰ। ਬਹੁਤ ਸਾਰੇ ਬੱਚਿਆਂ ਨੂੰ ਖਰਾਬ ਕਰ ਰਹੇ ਹੈ, ਕੁਛ ਜਿਹੜੇ ਏਜੰਟ ਹੈ ਉਹ ਇਹ ਕਹਿ ਦਿੰਦੇ ਹੈ ਕਿ ਅਗਰ ਤੁਹਾਡਾ +2 ਪਾਸ ਹੈ ਤਾਂ ਸਾਨੂੰ ਦਿਓ, ਅਸੀਂ ਆਪਣੇ ਆਪ 6 ਮਹੀਨੇ ਤੋਂ ਘੱਟ ਦਾ ਉੱਧਰ ਸਟੱਡੀ ਵੀਜ਼ਾ ਲਾਵਾਂਗੇ, ਵਿੱਚੋਂ ਹੁੰਦਾ ਟੂਰਿਸਟ ਵੀਜ਼ਾ, ਕਿਤੇ 1-2 ਬੰਦਿਆਂ ਦੇ ਲੱਗ ਗਏ ਤਾਂ ਕੀ ਫਰਕ ਪੈਂਦਾ ਹੈਗਾ। ਅਤੇ ਦੋਸਤੋ ਉਹਦੇ ਨਾਲ ਉਹ ਭੁਲੇਖਾ ਪਾਉਂਦੇ ਹੈ, 20-25 ਲੱਖ ਲੋਕ ਦੇਣ ਨੂੰ ਤਿਆਰ ਹੋ ਜਾਂਦੇ ਹੈ, ਰਾਤ ਨੂੰ ਖਾਣ ਨੂੰ ਰੋਟੀ ਨਹੀਂ ਹੈ, ਪੰਜਾਬ ਦੇ ਵਿੱਚ ਇਹ ਹਾਲ ਹੈ, ਨਸ਼ਿਆਂ 'ਚ ਡੁੱਬਿਆ ਹੋਇਆ ਪੰਜਾਬ ਹੈ, ਅਤੇ 20-25 ਲੱਖ ਅਸੀਂ ਆਪਣੀ ਝੋਨੇ ਨੂੰ, ਜ਼ਮੀਨਾਂ ਨੂੰ, ਮਦਰ ਇੰਡੀਆ ਨੂੰ ਵੇਚ ਕੇ, ਜਿਹਦਾ ਜ਼ਮੀਨ 'ਚ ਪਾਣੀ ਵੀ 500 ਫੁੱਟ 'ਤੇ ਚਲਾ ਗਿਆ, ਤਾਂ ਅਧਿਕਾਰ ਦੀ ਗੱਲ ਹੋ ਗਈ ਹੈ।
ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਉਦੋਂ ਹੋਸ਼ ਆਏਗੀ ਜਦੋਂ ਨੇੜੇ ਤੇੜੇ ਦੇ ਜਿਹੜੇ ਹੋਰ ਪ੍ਰਦੇਸ਼ਾਂ ਦੇ ਲੋਕ ਇੱਥੇ ਕਨੇਡਾ ਸਮਝ ਕੇ ਆਉਣਗੇ, ਜਿਵੇਂ ਉੱਤਰ ਪ੍ਰਦੇਸ਼ ਵਾਲੇ ਅਤੇ ਬਿਹਾਰ ਵਾਲੇ ਇਸ ਨੂੰ ਇੱਥੇ ਕਨੇਡਾ ਸਮਝਦੇ ਹੈ, ਉਹ ਇੱਧਰ ਆ ਰਹੇ ਆ, ਅਡਲਟਰੇਸ਼ਨ ਹੋ ਰਹੀ ਹੈ ਅਤੇ ਅਸੀਂ ਉੱਧਰ ਜਾ ਰਹੇ ਹੈਗੇ। ਤਾਂ ਦੋਸਤੋ ਆਪਣਾ ਘਰ ਛੱਡ ਕੇ ਜਿਸਨੇ ਇੱਥੇ ਟੱਕਾ ਨਹੀਂ ਤੋੜਿਆ ਉਹ ਉੱਧਰ ਕੀ ਕਰੇਗਾ, ਜਾਂ ਉੱਧਰ ਕਰੇਗਾ ਵੀ ਤਾਂ ਹੈਂਡ ਟੂ ਮਾਊਥ ਹੀ ਹੋਏਗਾ। ਤਾਂ ਦੋਸਤੋ ਅਗਰ ਤੁਸੀਂ ਹਜੇ ਤੱਕ ਮੇਰੀ ਪੂਰੀ ਆਡੀਓ ਸੁਣੀ ਹੈ ਤਾਂ ਧਿਆਨ ਰੱਖੋ, ਅਗਰ ਤੁਹਾਡੇ ਕੰਡੇ ਜ਼ਿਆਦਾ ਪੈਰ ਚੁੱਭ ਰਹੇ ਹੈ ਤਾਂ ਕੰਡਿਆਂ ਨੂੰ ਕੱਢੋ ਅਤੇ ਗੁਲਾਬ ਨੂੰ ਅਪਣਾਓ। ਨੈਣੀ ਇੰਸਟੀਚਿਊਟ, ਬਾਬਾ ਦੀਪ ਸਿੰਘ ਇੰਡੋ ਅਮੈਰੀਕਨ ਇੰਸਟੀਚਿਊਟ, ਫੋਨ ਕਰਕੇ ਜ਼ਰੂਰ ਆਓ। ਫੋਨ ਨੰਬਰ ਹੈ 9872468540 ਅਤੇ ਮੇਰਾ ਵੈਬਸਾਈਟ ਹੈ www.paramedicalindia.com। ਧੰਨਵਾਦ ਦੋਸਤੋ।